ਟ੍ਰੈਫਿਕ ਪੁਲਿਸ ਦੀ ਚੈਕਿੰਗ ਦੌਰਾਨ ਬੱਸ ਡਰਾਈਵਰ ਨੇ ਮਾਰਿਆ ਹਾਰਨ, ਉਸੇ ਟਾਈਮ ਕੱਟਿਆ ਗਿਆ ਬੱਸ ਦਾ ਚਲਾਨ। ਜਾਣਕਾਰੀ ਅਨੁਸਾਰ ਬਠਿੰਡਾ ਦੇ ਸਿਵਲ ਹਸਪਤਾਲ ਦੇ ਨੇੜੇ ਟ੍ਰੈਫਿਕ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਅਚਾਨਕ ਇੱਕ ਬੱਸ ਮਾਨਸਾ ਸਾਈਡ ਤੋਂ ਆਈ ਅਤੇ ਉਸਨੇ ਉਹਨਾਂ ਦੇ ਕੋਲ ਆ ਕੇ ਪ੍ਰੈਸ਼ਰ ਹਾਰਨ ਮਾਰ ਦਿੱਤਾ, ਜਿਸ ਨੂੰ ਲੈ ਕੇ ਇੱਥੇ ਟ੍ਰੈਫਿਕ ਕਰਮਚਾਰੀਆਂ ਨੇ ਇਸ ਬੱਸ ਦਾ ਮੌਕੇ 'ਤੇ ਹੀ ਚਲਾਨ ਕੱਟ ਦਿੱਤਾ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਨੇੜੇ ਦੀਆਂ, ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਇੱਕ ਨਾਕਾਬੰਦੀ ਕਰਕੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਸਨ ਅਤੇ ਇਸੇ ਦੌਰਾਨ ਇੱਕ ਬੱਸ ਨੇ ਹਾਰਨ ਮਾਰਿਆ ਅਤੇ ਮੌਕੇ 'ਤੇ ਹੀ ਇਸ ਬੱਸ ਦਾ ਟ੍ਰੈਫਿਕ ਕਰਮਚਾਰੀਆਂ ਵੱਲੋਂ ਚਲਾਨ ਕੀਤਾ ਗਿਆ, ਜਿਸ ਨੂੰ ਲੈ ਕੇ ਕੰਡਕਟਰ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਇੱਥੋਂ ਤੱਕ ਇਲਜ਼ਾਮ ਲਗਾ ਦਿੱਤੇ ਗਏ ਕਿ ਇਹ ਜਾਣ ਬੁੱਝ ਕੇ ਚਲਾਨ ਕੱਟਿਆ ਜਾ ਰਿਹਾ। ਪਿਛਲੇ ਦਿਨੀ ਸਾਡੇ ਵੱਲੋਂ ਇੱਕ ਟ੍ਰੈਫਿਕ ਕਰਮਚਾਰੀ ਦਾ ਟਿਕਟ ਕੱਟੀ ਗਈ ਸੀ, ਜਿਸ ਨੂੰ ਲੈ ਕੇ ਸਾਡਾ ਇਹ ਜਾਣ ਬੁੱਝ ਕੇ ਚਲਾਨ ਕੱਟਿਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਨੇੜੇ ਦੀਆਂ, ਜਿੱਥੇ ਕੰਡਕਟਰ ਵੱਲੋਂ ਟ੍ਰੈਫਿਕ ਕਰਮਚਾਰੀਆਂ ਦੇ ਇਲਜ਼ਾਮ ਲਗਾਇਆ ਗਿਆ ਕਿ ਮੈਂ ਇਹਨਾਂ ਦੀ ਇੱਕ ਮੁਲਾਜ਼ਮ ਦੀ ਟਿਕਟ ਕੱਟੀ ਸੀ, ਜਿਸ ਨੂੰ ਲੈ ਕੇ ਸਾਡਾ ਇਹ ਧੱਕੇ ਨਾਲ ਚਲਾਨ ਕੱਟਿਆ ਜਾ ਰਿਹਾ ਹੈ। ਮੁਲਾਜ਼ਮ ਸਾਡੇ ਨਾਲ ਫ੍ਰੀ ਸਫ਼ਰ ਕਰਦੇ ਨੇਗੇ, ਅਸੀਂ ਕੱਟੀ ਸੀ ਟਿਕਟ, ਠੀਕ ਹੈ, ਸਾਨੂੰ ਰੋਜ਼ ਪੁੱਛਾ ਬੋਲਦੇ, ਬਿਨਾਂ ਗੱਲ ਤੋਂ ਬੋਲਦੇ ਆ। ਇਹ ਮੁਲਾਜ਼ਮਾਂ ਨੇ, ਇਹਨਾਂ ਦਾ ਕੋਈ ਕਸੂਰ ਨਹੀਂ। ਇਹ ਜਿਹੜੇ ਮੁਲਾਜ਼ਮ ਕੱਟ ਰਹੇ ਨੇ ਚਲਾਨ, ਸਾਡਾ ਪ੍ਰੈਸ਼ਰ ਹਾਰਨ ਲੱਗਿਆ, ਕੋਈ ਗੱਲ ਨਹੀਂ, ਇਹਨਾਂ ਦਾ ਹੱਕ ਬਣਦਾ ਕੱਟ ਰਹੇ ਨੇ। ਪਰ ਜਿਹੜੇ PRTC ਦੇ ਜੋ ਹੋਰ ਸਾਰੀਆਂ ਗੱਡੀਆਂ ਦੇ ਜਿੰਨਾ ਲੱਗਿਆ, ਸਾਰੀਆਂ ਦੇ ਲਾਹੇ ਜਾਣ, ਟਿਕਟ ਕੱਟੀ ਹੈ ਜੀ। ਨਾਲੇ ਬਦਤਮੀਜ਼ ਨਾਲ ਪੇਸ਼ ਆਇਆ ਬੰਦਾ, ਇਹਨਾਂ ਦਾ ਮੁਲਾਜ਼ਮ ਆ ਜੀ ਉਹ ਸਾਡੇ ਨਾਲ, ਜੇ ਅਸੀਂ ਟਿਕਟ ਕੱਢਦੇ ਨਾਲੇ ਸਾਨੂੰ ਅੱਗੋਂ ਪੁੱਠਾ ਬੋਲਦੇ ਆ ਜੀ, ਅਸੀਂ ਐਂ ਕਰਦੇ ਹਾਂ, ਬਾਹਰ ਕਰਦੇ ਹਾਂ, ਸੁੱਟ ਦੇ ਚਲਾਨ ਕਰਾਵੇ। ਆਹ ਚਲਾਨ ਜਿਹੜਾ ਕਰਾਇਆ ਇਹਨਾਂ ਨੇ ਟਿਕਟ ਕੱਟਣ ਦੇ ਬਾਵਜੂਦ ਕਰਾਇਆ ਜੀ ਸਾਡੇ 'ਤੇ। ਜਸਪਾਲ ਸਿੰਘ ਜੀ, ਇਸ ਸਹੀ ਅੱਜ ਅਸੀਂ ਇੱਥੇ ਚੈਕਿੰਗ ਕਰ ਰਹੇ ਸੀ, ਚਲਾਨੇ ਚੈਕਿੰਗ, ਬੱਸ ਨੇ ਮਾਰਿਆ ਹਾਰਨ ਜੀ, ਪ੍ਰੈਸ਼ਰ ਹਾਰਨ ਦਾ, ਉਹਦਾ ਚਲਾਨ ਕੱਟਿਆ ਜੀ।